ਸਿਆਸਤ ਦੇ ਵਿੱਚ ਇੱਕਦਾਂ ਮੀ ਚੇਂਜ ਆਇਆ ਵਾ ਲੋਕ ਕਹਿੰਦੇ ਅਸੀਂ ਬਦਲਾਅ ਚਾਹੁੰਦੇ ਸੀ ਕਿਤੇ ਬਦਲਾਅ ਅਸੀਂ ਲਿਆਂਦਾ ਹੈ ਲੱਗਦਾ ਕਿ ਪੰਜਾਬ ਦੇ ਵਿੱਚ ਬਦਲਾਅ ਆਇਆ ਵਾ 1977 ਚ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੇ ਨਾ ਵੋਟਾਂ ਪਾਈਆਂ ਸੀ ਫਿਰ ਕਾਪਰਸ਼ਤੀ ਤੋਂ ਉੱਪਰ ਉੱਠ ਕੇ ਔਰ ਐਮਰਜੈਂਸੀਆਂ ਦੁਰਵਰਤੋਂ ਦੀਆਂ ਤਾਕਤਾਂ ਦੇ ਵਿਰੁੱਧ ਵੋਟ ਪਾਈ ਸੀ ਉਸ ਵਕਤ ਲੋਕਾਂ ਨੇ ਉਦੋਂ ਕੋਈ ਨਹੀਂ ਕਿਹਾ ਸੀ ਅਸੀਂ ਹਿੰਦੂਆਂ ਸਿੱਖਾਂ ਜਾਂ ਮੁਸਲਮਾਨ ਆ ਜਾਂ ਅਸੀਂ ਪਰਿਸ਼ੜੀ ਸ਼੍ਰੇਣੀਆਂ ਬਸ ਪੰਜਾਬੀ ਬਣ ਕੇ ਵੋਟ ਪਾਤੀ ਮੈਂ ਸਮਝਦਾ ਇਹ ਫੈਸਲਾ ਪਹਿਲਾ ਨੰਬਰ ਦਾ ਫੈਸਲਾ ਹੀ ਵਧੀਆ ਵੀ ਜਿਹੜੇ ਪੋਲਿਟਿਸ਼ੀਅਨ ਨੂੰ ਜਾਂ ਵੱਡੇ ਅਧਿਕਾਰੀ ਨੂੰ ਆਪਦੇ ਨਾਲ 10-10 20-20 ਬੰਦੇ ਲੈ ਕੇ ਤੁਰਨਾ ਪੈ ਰਿਹਾ ਹੈ ਉਹ ਮੁਲਕ ਦੀ ਕੀ ਸੇਵਾ ਕਰ ਸਕਦਾ ਤਾਂ ਸਰਕਾਰੀ ਬੱਸਾਂ ਕਹਿੰਦੇ ਉਹ ਖੜਕੜ ਕਲਾ ਲੈ ਜਾਣ ਦੇ ਲਈ ਜਿਹੜੇ ਐ ਉਹ ਯੂਜ਼ ਕੀਤੀਆਂ ਗਿਆ ਨੇ ਤਾਂ ਉਹ ਖਜ਼ਾਨੇ ਦੇ ਵਿੱਚੋਂ ਜਿਹੜੇ ਜਿੰਨੇ ਵੀ ਕਰੋੜ ਲੱਗੂਗਾ ਉਹ ਖਜ਼ਾਨੇ ਵਿੱਚੋਂ ਜਾਊਗਾ ਹੁਣ ਚੁੱਕ ਸਮਾਗਮ ਹੈ ਉਹ ਬਹੁਤ ਸਾਦਾ ਵੀ ਕੀਤਾ ਜਾ ਸਕਦਾ ਸੀ ਇਤ ਕੋ ਸ਼ੱਕ ਨਹੀਂ ਔਰ ਜਿਹੜਾ ਸਮਾਗਮ ਦਾ ਖਰਚਾ ਹੈ ਜਿਹੜਾ ਪੈਂਦਾ ਹੈ ਉਹਨਾਂ ਹੀ ਖਰਚਾ ਕੀ ਕਰਦੇ ਉਹ ਖਟਕਲਾਂ ਜਾਂ ਖਟਕਲ ਕਰਾਂ ਜਾ ਕੇ ਉੱਥੇ ਉਹਨਾਂ ਨੂੰ ਟ੍ਰਸਟ ਨੂੰ ਦਿੰਦੇ ਵੀ ਪੰਜਾਬ ਨੂੰ ਇੱਕ ਕਮੀਡੀਅਨ ਚਲਾਊਗਾ ਜੇ ਇਹ ਇਹ ਵਰਡ ਕਈਆਂ ਦੇ ਸੁਣਦੇ ਨੇ ਜਿਵੇਂ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਵਿਦਾਇਕ ਹੁੰਦੇ ਨੇ ਵਿਅੰਗ ਪੈਦਾ ਕਰਨਾ ਫਿਰ ਆਪਦੀ ਸੋਚ ਨਾਲ ਗੱਲ ਕਰਨੀ ਤੇ ਲੋਕਾਂ ਨੂੰ ਵਿਅੰਗ ਦੇ ਨਾਲ ਹਸਾਉਣਾ ਵੀ ਤੇ ਚਿੰਤਨ ਵੀ ਦੇਣਾ ਇਹ ਬਹੁਤ ਵੱਡਾ ਗੁਨਾਹ ਹੈ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਵਾ ਤਾਂ ਪਹਿਲਾ ਪਿੰਡ ਦੇ ਵਿੱਚੋਂ ਸਰਕਾਰ ਚਲੀ ਚਾਹੀਦੀ ਹੈ ਇਸ ਜਿਹੜੇ ਫੈਸਲੇ ਨੂੰ ਕਿਦਾਂ ਕੋਈ ਸ਼ੱਕ ਨਹੀਂ ਚੁਣੀ ਸਰਕਾਰ ਲੋਕਾਂ ਦੇ ਧਰਾਂ ਚੋਂ ਚੱਲਣੀ ਚਾਹੀਦੀ ਹੈ ਜੇ ਤੁਸੀਂ ਇੱਕ ਥਾਂ ਬਹਿ ਕੇ ਵੱਡੇ ਸਾਰੇ ਦਫ਼ਤਰ ਚ ਬਹਿ ਗਏ ਉਹਦੇ ਅੱਗੇ ਚਾਰ ਪੰਜ ਸੇਵਾਦਾਰ ਰੱਖ ਲੈ ਚਾਰ ਪੰਜ ਪੁਰਸ ਵਾਲੇ ਰੱਖ ਲੈ ਅੰਦਰ ਬੈਠੇ ਤੁਸੀਂ ਗੱਲਾਂ ਹੀ ਕਰੀ ਜਾਨੂੰ ਕੰਮ ਤਾਂ ਕੋਈ ਹੈ ਹੀ ਨਹੀਂ ਕੰਮ ਸਰਕਾਰ ਕਰਵਾ ਸਕਦੀ ਹੈ ਮੈਨੂੰ ਲੱਗਦਾ ਵੀ ਇਹ ਕਰਵਾ ਲੈਣਗੇ ਸਾਨੂੰ ਪੂਰਾ ਸਤਾ ਕਰਨਾ ਪਊ ਜੇ ਆਪਾਂ ਪੁਰੋਸਾ ਵੀ ਨਾ ਕਰਗੇ ਸ਼ੰਕਾ ਹੀ ਕਰੀਏ ਤਾਂ ਫਿਰ ਉਹ ਗੱਲ ਠੀਕ ਨਹੀਂ ਹੁੰਦੀ ਸਸ਼ੀਗਾਲ ਜੀ ਮੈਂ ਹਾਂ ਗੁਰਦੀਪ ਸਿੰਘ ਲੰਮੇ ਤੁਸੀਂ ਦੇਖ ਰਹੇ ਹੋ ਉਹਦੇ ਆ ਟਾਈਮਸ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਇੱਕਦਮ ਬਦਲੀ ਜਦੋਂ ਆਮ ਮੰਮੀ ਪਾਰਟੀ ਦੀ ਜਿਹੜੀ ਹਨੇਰੀ ਆਈ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਤੇ 92 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਆਮ ਮੰਦੀ ਪਾਰਟੀ ਨੇ ਭਗਵੰਤ ਮਾਨ ਸੀਐਮ ਚਿਹਰਾ ਸੀਗੇ ਅਤੇ 16 ਮਾਰਚ ਨੂੰ ਕੱਲ ਦੇ ਦਿਨ ਜਿਹੜੇ ਆ ਭਗਵੰਤ ਮਾਨ ਜਿਹੜੇ ਨੇ ਪੰਜਾਬ ਦੇ ਸੀਐਮ ਵਜੋਂ ਸੌ ਚੱਕ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ ਸੀਐਮ ਐਲਾਨੇ ਜਾਣਗੇ ਔਰ ਉਹਨਾਂ ਦੇ ਵੱਲੋਂ ਕੋਈ ਐਲਾਨ ਵੀ ਕੀਤੇ ਗਏ ਨੇ ਉਸ ਤੋਂ ਪਹਿਲਾਂ ਹੀ ਔਰ ਪੰਜਾਬ ਦੇ ਵਿੱਚ ਅੱਗੇ ਹੋਰ ਕੀ ਹੋਣ ਵਾਲਾ ਆ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਨੇ ਕਿ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਪੰਜਾਬ ਦੇ ਹਾਲਾਤ ਕੋ ਸੁਧਰਨਗੇ ਜਾਂ ਨਹੀਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਬਾਪੂ ਬਲਕੌਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਉਂਦੇ ਰਹੋ ਚੜ੍ਹਦੀ ਕਲਾ ਉਹ ਵੀ ਕਹਿੰਦੇ ਪੰਜਾਬ ਦੀ ਸਿਆਸਤ ਬਦਲ ਗਈ ਹੈ ਇਕਦਮ ਹੀ ਸਿਆਸਤ ਦੇ ਵਿੱਚ ਇਕਦਮ ਹੀ ਚੇਂਜ ਆਇਆ ਵਾ ਲੋਕ ਕਹਿੰਦੇ ਅਸੀਂ ਬਦਲਾਅ ਚਾਹੁੰਦੇ ਸੀ ਕਿਤੇ ਬਦਲਾਅ ਅਸੀਂ ਲਿਆਂਦਾ ਹੈ ਲੱਗਦਾ ਕਿ ਪੰਜਾਬ ਦੇ ਬਦਲਾਅ ਆਇਆ ਵਾ ਦੇਖ ਮੈਨੂੰ 1977 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਗਤੀਵਿਧੀਆਂ ਹੋਈਆਂ ਪੰਜਾਬ ਦੀ ਧਰਤੀ ਤੇ ਮੈਨੂੰ ਕਾਫੀ ਯਾਦ ਨੇ 1977 ਚ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੇ ਨਾ ਵੋਟਾਂ ਪਾਈਆਂ ਸੀ ਫਿਰਕਾ ਪ੍ਰਸਤੀ ਤੋਂ ਉੱਪਰ ਉੱਠ ਕੇ ਔਰ ਐਮਰਜੈਂਸੀਆਂ ਦੁਰਵਰਤੋਂ ਦੀਆਂ ਤਾਕਤਾਂ ਦੇ ਵਿਰੁੱਧ ਵੋਟ ਪਾਈ ਸੀ ਉਸ ਵਕਤ ਲੋਕਾਂ ਨੇ ਉਦੋਂ ਕੋਈ ਨਹੀਂ ਕਿਹਾ ਸੀ ਅਸੀਂ ਹਿੰਦੂ ਆ ਸਿੱਖਾਂ ਜਾਂ ਮੁਸਲਮਾਨ ਆ ਜਾਂ ਅਸੀਂ ਪਛੜੀਆਂ ਸ਼੍ਰੇਣੀਆਂ ਬਸ ਪੰਜਾਬੀ ਬਣ ਕੇ ਵੋਟ ਪਾਤੀ ਉਸ ਤੋਂ ਬਾਅਦ ਹੁਣ ਪਹਿਲੀ ਵਾਰ ਸਾਰਾ ਪੰਜਾਬ ਦੇ ਲੋਕਾਂ ਨੇ ਕੋਈ ਸਿੱਖ ਨਹੀਂ ਬਣਿਆ ਕੋਈ ਹਿੰਦੂ ਨਹੀਂ ਬਣਿਆ ਕੋਈ ਦਲਤ ਨਹੀਂ ਬਣਿਆ ਔਰ ਕਮਾਲ ਹੈ ਵੀ ਸਾਰੀਆਂ ਪਾਰਟੀਆਂ ਨੇ ਤਿੰਨ ਗੱਲਾਂ ਬਹੁਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਲੋਕਾਂ ਨੇ ਬਿਲਕੁਲ ਚੁੱਪ ਜਦੋਂ ਤੋੜੀ ਤੇ ਕਮਾਲ ਕਰਤੀ ਕਿ 92 ਸੀਟਾਂ ਬਹੁਤ ਵੱਡੀ ਹੈ ਜਨਾ ਇਹ ਨੂੰ ਜੇ ਸੁਨਾਮੀ ਸ਼ਬਦ ਵੀ ਇਹਦੇ ਲਈ ਛੋਟਾ ਹੈ ਜਿਵੇਂ ਹੁਣ ਭਵਾਨਪਤੀ ਗੱਲ ਕਰਦੇ ਆ ਸੀਐਮ ਚਹਿਰਾ ਸੀਗੇ ਉਹਨਾਂ ਨੇ ਹਲੇ ਸ਼ਬਦ ਗ੍ਰਹਿਣ ਕਰਨੀ ਹਲੇ ਸ਼ਬਦ ਲੈਣੀ ਆ ਸੀਐਮ ਬਣਨਾ ਆ ਮਨੋਨੀਤ ਅਲੇ ਮੁੱਖ ਮੰਤਰੀ ਮੰਨਦੇ ਹਲੇ ਆਪਾਂ ਉਹਨਾਂ ਨੂੰ ਲੇਕਿਨ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਬਹੁਤ ਕੁਝ ਐਲਾਨ ਕਰਤਾ ਸਿਕਿਉਰਿਟੀ ਜਿਹੜੀਆਂ ਸੀਗੀਆਂ ਸਾਫਕਾ ਜਿਹੜੇ ਐਮਐਲਏ ਸੀਗੇ ਮੰਤਰੀ ਸੀਗੇ ਜਾਂ ਉਹਨਾਂ ਦੀਆਂ ਵਾਪਸ ਹੋ ਗਈਆਂ ਅਜਿਹੇ ਫੈਸਲੇ ਨੂੰ ਕਿਦਾਂ ਦੇਖਦੇ ਤੁਸੀਂ ਮੈਂ ਸਮਝਦਾ ਇਹ ਫੈਸਲਾ ਪਹਿਲਾ ਨੰਬਰ ਦਾ ਫੈਸਲਾ ਹੀ ਵਧੀਆ ਹੈ ਵੀ ਜਿਹੜੇ ਪੋਲਿਟੀਸ਼ੀਅਨ ਨੂੰ ਜਾਂ ਵੱਡੇ ਅਧਿਕਾਰੀ ਨੂੰ ਆਪਦੇ ਨਾਲ 10 10 20 20 ਬੰਦੇ ਲੈ ਕੇ ਤੁਰਨਾ ਪੈ ਰਿਹਾ ਉਹ ਮੁਲਕ ਦੀ ਕੀ ਸੇਵਾ ਕਰ ਸਕਦਾ ਮੈਨੂੰ ਤਾਂ ਨਹੀਂ ਲੱਗਦਾ ਕਰ ਸਕਦਾ ਉਹ ਆਵਦੀ ਸੇਵਾ ਹੀ ਕਰਾ ਰਿਆ ਹੁੰਦਾ ਮੈਂ ਸਮਝਦਾ ਵੀ ਇਹ ਇਹ ਫੈਸਲਾ ਪਹਿਲਾ ਫੈਸਲਾ ਤੇ ਪਹਿਲੇ ਹੀ ਫੈਸਲਾ ਬਹੁਤ ਵਧੀਆ ਹੈ ਅੱਜ ਦੇ ਯੁੱਗ ਦੀ ਸਿਕਿਉਰਿਟੀ ਦਾ ਕੀ ਕੰਮ ਹੈ ਜੀ ਬਿਜਨੀਸ ਦੀ ਨਹੀਂ ਸਿਕਿਉਰਿਟੀ ਨਹੀਂ ਬਰਸ ਜਾਉਣ ਸੰਦੀ ਨਹੀਂ ਹੈ ਆਪਣੇ ਮੁਲਕ ਚ ਪੰਜਾਬ ਦੀ ਤੁਸੀਂ ਕਹੋ ਕੇਰਲਾ ਚ ਵਗ ਜੋ ਉਥੇ ਮੁੱਖ ਮੰਤਰੀ ਦੀ ਸਿਕਿਉਰਿਟੀ ਬਿਹਾਰ ਚ ਵਗ ਜੋ ਉਥੇ ਨਹੀਂ ਬੰਗਾਲੌਰ ਚ ਵਜ ਜੋ ਉੱਥੇ ਨਹੀਂ ਮਦਰਾਸ ਚ ਵਜ ਜੋ ਉੱਥੇ ਨਹੀਂ ਜਦੋਂ ਪੰਜਾਬ ਤੇ ਹਰਿਆਣਾ ਜਾਜੋ ਉਦੋਂ ਫਿਰ ਸਿਕਿਉਰਿਟੀ ਦੀ ਭੀੜ ਲੱਗ ਜਾਂਦੀ ਆ ਵੀ ਇਹਨਾਂ ਨੂੰ ਕਿਹੜਾ ਖਤਰਾ ਪਤਾ ਲੱਗੇ ਵੀ ਅਸਮਾਨੋਂ ਕਿਹੜਾ ਪੱਥਰ ਡਿੱਗਣ ਵਾਲਾ ਹੈ ਇਹਦਾ ਮਤਲਬ ਲੋਕਾਂ ਤੇ ਭਰੋਸਾ ਨਹੀਂ ਨਾ ਜੇ ਲੋਕਾਂ ਤੇ ਭਰੋਸਾ ਨਹੀਂ ਕਿਉਂ ਨਹੀਂ ਭਰੋਸਾ ਕਿਉਂਕਿ ਲੋਕਾਂ ਦੇ ਲਈ ਕੋਈ ਕੰਮ ਨਹੀਂ ਕਰਨਾ ਬਿਊਰੋਕਰੇਟ ਵੀ ਅੰਦਰ ਬੈਠਾ ਟਾਰਚ ਤੇ ਇਹ ਪੋਲਿਟੀਸ਼ੀਨ ਵੀ ਅੰਦਰ ਬੈਠੇ ਨੇ ਤੁਰਦੇ ਤੇ ਭੀੜੀ ਤੁਰਦੇ ਆ ਲੋਕਾਂ ਤੇ ਅਸਰ ਪਾ ਰਹੇ ਵੀ ਬਹੁਤ ਖੱਬੀ ਖਾਨ ਚਿਹਰੇ ਆ ਰਹੇ ਆ ਜੀ ਜੇ ਨਾ ਹੋਏ ਤਾਂ ਹਿੰਦੁਸਤਾਨ ਪਤਾ ਨਹੀਂ ਕਿਹੜੇ ਪਾਸੇ ਡਿੱਗ ਪੂਆ ਇਹ ਮੈਂ ਨਿੱਜੀ ਰੂਪ ਦੇ ਵਿੱਚ ਹੋ ਸਕਦਾ ਕੋਈ ਬੰਦਾ ਇਹਦੇ ਨਾਲ ਬਿਲਕੁਲ ਸਹਿਮਤ ਨਾ ਹੋਵੇ ਉਹਦੀ ਆਪਣੀ ਚਿੰਤਨਾ ਹੈ ਵਿਵੇਕ ਹੈ ਸਮਝਾ ਮੈਂ ਉਹ ਤੇ ਕੋਈ ਤੇ ਟਿੱਪਣੀ ਮੇਰੇ ਅਨੁਸਾਰ ਤੇ ਇਹ ਫੈਸਲਾ ਠੀਕ ਹੈ ਲੈਕਿਨ ਉਥੇ 네ਗੇਟਿਵ ਵੀ ਮੇਰੀ ਬਹੁਤ ਬਣਾਈ ਜਾਂਦੀ ਹੈ ਕਹਿੰਦੇ ਵੀ ਜਿਵੇਂ ਹੁਣ ਤੱਕ ਦੀ ਸਰਕਾਰ ਆ ਰਹੀਆਂ ਨੇ ਤਾਂ ਸਰਕਾਰੀ ਖਜ਼ਾਨੇ ਜਿਹੜੇ ਉਹਨਾਂ ਵਿੱਚੋਂ ਖਰਚ ਹੁੰਦੇ ਰਹੇ ਨੇ ਹੁਣ ਜਦੋਂ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੀ ਤਾਂ ਸਰਕਾਰੀ ਬੱਸਾਂ ਕਹਿੰਦੇ ਉਹ ਖੜਕੜ ਕਲਾ ਲੈ ਜਾਣ ਦੇ ਲਈ ਜਿਹੜੇ ਐ ਉਹ ਯੂਜ਼ ਕੀਤੀਆਂ ਗਈਆਂ ਨੇ ਤਾਂ ਉਹ ਖਜ਼ਾਨੇ ਦੇ ਵਿੱਚੋਂ ਜਿਹੜੇ ਜਿੰਨੇ ਵੀ ਕਰੋੜ ਲੱਗੂਗਾ ਉਹ ਖਜ਼ਾਨੇ ਵਿੱਚੋਂ ਜਾਊਗਾ ਤਾਂ 네ਗੇਟਿਵ ਵੀ ਬਹੁਤ ਕੁਝ ਜਾ ਰਿਹਾ ਹੈ ਇੱਥੇ ਕੋਈ ਸ਼ੱਕ ਨਹੀਂ ਵੀ ਇੱਥੇ ਕੋਈ ਸ਼ੱਕ ਨਹੀਂ ਕਿ ਜਿਹੜੀ ਸੌਚੁੱਕ ਸਮਾਗਮ ਹੈ ਉਹ ਬਹੁਤ ਸਾਦਾ ਵੀ ਕੀਤਾ ਜਾ ਸਕਦਾ ਸੀ ਇੱਥੇ ਕੋਈ ਸ਼ੱਕ ਨਹੀਂ ਔਰ ਜਿਹੜਾ ਸਮਾਗਮ ਦਾ ਖਰਚਾ ਹੈ ਜਿਹੜਾ ਪੈਂਦਾ ਹੈ ਉਹਨੇ ਹੀ ਖਰਚਾ ਕੀ ਕਰਦੇ ਉਹ ਖਟਕਲਾਂ ਜਾ ਖਟਕਲ ਕਰਾਂ ਜਾ ਕੇ ਉੱਥੇ ਉਹਨਾਂ ਨੂੰ ٹرسٹ ਨੂੰ ਦਿੰਦੇ ਸ਼ਹੀਦ ਭਗਤ ਸਿੰਘ ਦੀ ਸੰਸਥਾ ਨੂੰ ਦਿੰਦੇ ਉਹਦੀ ਸਫਾਈ ਵਾਸਤੇ ਦਿੰਦੇ ਉਹਦੀ ਰੱਖ-ਰਖਾਵ ਲਈ ਦੇ ਦਿੰਦੇ ਤੇ ਹੋਰ ਵੀ ਵਧੀਆ ਕੰਮ ਹੋ ਜਾਣਾ ਸੀ ਭੀੜ ਢੋਣ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਲੋਕਾਂ ਨੇ ਤਾਂ ਆਪ ਹੀ ਚੇਤਨ ਹੋ ਕੇ ਸਭ ਕੁਝ ਕਰਤਾ ਜਿਵੇਂ ਜਿਵੇਂ ਭਗਤ ਮਾਨ ਨੇ ਕਹਿਣਾ ਸੀਗਾ ਕਿ ਪੂਰੇ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਪੂਰਾ ਪੰਜਾਬ ਉੱਥੇ ਪਹੁੰਚੋ ਖੁਸ਼ੀ ਮਨਾਉਂਦੇ ਆ ਨਾ ਪੰਜਾਬੀ ਦੀ ਇੱਕ ਸਮੱਸਿਆ ਹੈ ਜਿਹਦੇ ਖੁਸ਼ੀ ਮਨਾਉਂਦਾ ਤੇ ਬਹੁਤ ਮਨਾਉਂਦਾ ਹੈ ਤੇ ਜੇ ਕਿਤੇ ਨਿਰਾਸ਼ ਹੋ ਜਾਏ ਫਿਰ ਗੋਡਿਆਂ 'ਚ ਵੀ ਕਈ ਵਾਰੀ ਸਿਰ ਜਾਦੇ ਦੇ ਲੈਂਦਾ ਹੈ ਹੈ ਖੁਸ਼ੀ ਮਨਾ ਬੈਠਾ ਕੋਈ ਬਾਤ ਨਹੀਂ ਇੱਕਦਿਵਾਰੀ ਮਨਾਊਗਾ ਤੇ ਉਹ ਮਨਾਰੀ ਸਮਝੋ ਇੱਕ ਦਿਨ ਦੀ ਗੱਲ ਹੈ ਫਿਰ ਦੂਜੇ ਫੈਸਲੇ ਸੰਕੋਚ ਨਾਲ ਵੀ ਲੈ ਜਾ ਸਕਦੇ ਆ ਕੰਗੀ ਇਹ ਵੀ ਸੋਚ ਦੇਣਾ ਉਹ ਕਹਿੰਦੇ ਵੀ ਭਗਵੰਤ ਮਾਨ ਜਿਹੜੇ ਕਮੀਡੀਅਨ ਸੀਗੇ ਕਮੀਡੀਅਨ ਸੀਗੇ ਕਮੀਡੀਅਨ ਦੇ ਵਿੱਚੋਂ ਸਿਆਸਤ ਦੇ ਵਿੱਚ ਆ ਗਏ ਕਹਿੰਦੇ ਵੀ ਮੁੱਖ ਮੰਤਰੀ ਚਲੋ ਹੁਣ ਬਣਨਗੇ ਉਹ ਵੀ ਪੰਜਾਬ ਨੂੰ ਇੱਕ ਕਮੀਡੀਅਨ ਚਲਾਊਗਾ ਜੇ ਇਹ ਇਹ ਵਰਡ ਕਈਆਂ ਦੇ ਸੁਣਦੇ ਨੇ ਜਿਵੇਂ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਵਿਧਾਇਕ ਹੁੰਦੇ ਨੇ ਉਹਨਾਂ ਦੇ ਵੱਲੋਂ ਯੂਜ਼ ਕੀਤੇ ਜਾਂਦੇ ਨੇ ਵੀ ਕਮੀਡੀਅਨ ਇੱਕ ਲੇਕਿਨ ਕਿੱਦਾਂ ਦੇਖ ਤੁਸੀਂ ਇੱਕ ਕਮੀਡੀਅਨ ਦੇ ਜਿਹੜਾ ਰੂਪ ਦੇ ਵਿੱਚ ਪਹਿਲਾਂ ਸੀਗੇ ਤੇ ਹੁਣ ਸਿਆਸਤ ਦੇ ਵਿੱਚ ਹੁਣ ਸੀਐਮ ਦਾ ਚਿਹਰਾ ਦੇਖੋ ਬੇਟਾ ਕਈ ਵਾਰੀ ਅਸੀਂ ਕਮੀਡੀਅਨ ਮਖੌਲੀਆ ਪਾਤਰ ਬੜੇ ਛੋਟੇ ਅਰਥਾਂ ਚ ਲੈਨੇ ਆ ਨਾਟਕਾਂ ਦੇ ਵਿੱਚ ਜਿਹੜਾ ਕਾਮੇਡੀ ਕਮੀਡੀਅਨ ਹੁੰਦਾ ਬਹੁਤ ਸਿਆਣਾ ਹੁੰਦਾ ਹੈ ਵਿਅੰਗ ਪੈਦਾ ਕਰਨਾ ਵਿਅੰਗ ਵਿਅੰਗ ਪੈਦਾ ਕਰਨਾ ਫੇਰ ਆਪਦੀ ਸੋਚ ਨਾਲ ਗੱਲ ਕਰਨੀ ਤੇ ਲੋਕਾਂ ਨੂੰ ਵਿਅੰਗ ਦੇ ਨਾਲ ਹਸਾਉਣਾ ਵੀ ਤੇ ਚਿੰਤਨ ਵੀ ਦੇਣਾ ਇਹ ਬਹੁਤ ਵੱਡਾ ਗੁਣਾ ਹੈ ਵੱਡੇ ਵੱਡੇ ਨਾਟਕਕਾਰਾਂ ਦੇ ਵਿੱਚ ਯੂਰਪ ਦੇ ਵੱਡੇ ਵੱਡੇ ਨਾਟਕਾਂ ਦੇ ਵਿੱਚ ਇੱਥੋਂ ਤੱਕ ਤੁਹਾਡੇ ਹਿੰਦੁਸਤਾਨ ਦੇ ਵੱਡੇ ਨਾਟਕਾਂ ਦੇ ਵਿੱਚ ਵਿਅੰਗਕਾਰ ਬਹੁਤ ਹੁੰਦੇ ਨੇ ਤੇ ਇੱਕ ਵਿਅੰਗਕਾਰ ਵਿਅੰਗ ਵੀ ਬਹੁਤ ਵਧੀਆ ਨੰਗਾ ਵਿਅੰਗ ਨਹੀਂ ਰਾਜਨੀਤਿਕ ਸਮਾਜਿਕ ਆਰਥਕ ਸਭਿਆਚਾਰਕ ਕਿਸੇ ਚੀਜ਼ ਤੇ ਹੱਸਣਾ ਕਿਸੇ ਦੇ ਚੀਜ਼ ਦੇ ਨਾਲ ਹੱਸਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਗੁਣ ਹੈ ਨਹੀਂ ਨਹੀਂ ਤਾਂ ਐਵੇਂ ਆਪਾਂ ਨਾ ਸਾਰੇ ਚਿੰਤਾ ਚ ਮਰੀ ਜਾਂਦੇ ਆ ਤੁਸੀਂ ਇੰਨੀ ਪੜ੍ਹਾਈ ਕੀਤੀ ਆ ਤੁਸੀਂ ਇੰਨਾ ਬੁੱਕਸ ਪੜ੍ਹਦੇ ਹੋ ਹਨ ਵੱਖ-ਵੱਖ ਰਾਜਨੀਤਿਕ ਜੜੀਆਂ ਪਾਰਟੀਆਂ ਨੂੰ ਉਹਨਾਂ ਨੂੰ ਵੀ ਤੁਸੀਂ ਨੇੜਿਓਂ ਦੇਖਿਆ ਹੋਇਆ ਵਾ ਵੱਖ-ਵੱਖ ਦੇਸ਼ਾਂ ਦੇ ਪੋਲਿਟਿਕਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਹਨ ਤਾਂ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਤਾਂ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਹੀ ਪਾਰਟੀ ਜੀ ਦੀ ਮੀਟਿੰਗ ਕੀਤੀ ਸੀ ਜਦੋਂ ਤਾਂ ਉਹਨਾਂ ਨੇ ਕਿਹਾ ਸੀ ਵੀ ਚੰਡੀਗੜ੍ਹ ਘੱਟ ਗੇੜੇ ਲਾਉਣੇ ਨੇ ਪਿੰਡਾਂ 'ਚ ਜ਼ਿਆਦਾ ਰਹਿਣਾ ਪਿੰਡ ਦੀ ਵੋਟ ਪਈ ਸੀਗੀ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਵਾ ਤਾਂ ਪਹਿਲਾਂ ਪਿੰਡ ਦੇ ਵਿੱਚੋਂ ਸਰਕਾਰ ਚੱਲਣੀ ਚਾਹੀਦੀ ਐ ਇਸ ਜਿਹੜੇ ਫੈਸਲੇ ਕਿਦਾਂ ਕੋਈ ਸ਼ੱਕ ਨਹੀਂ ਜੇ ਤੁਸੀਂ ਇਕੱਠਾਂ ਬਹਿ ਕੇ ਵੱਡੇ ਸਾਰੇ ਦਫ਼ਤਰ ਚ ਬਹਿ ਗਏ ਉਹਦੇ ਅੱਗੇ 4-5 ਸੇਵਾਦਾਰ ਰੱਖ ਲੈ 4-5 ਪੁਲਸ ਵਾਲੇ ਰੱਖ ਲੈ ਅੰਦਰ ਬੈਠੇ ਤੁਸੀਂ ਗੱਲਾਂ ਹੀ ਕਰੀ ਜਨੋਂ ਕੰਮ ਤਾਂ ਕੋਈ ਹੈ ਹੀ ਨਹੀਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਜਾਓ ਮੈਂ ਲੋਕ ਸ਼ਬਦ ਵੀ ਮਾੜਾ ਹੈ ਨਾਗਰਿਕਾਂ ਦੇ ਵਿੱਚ ਜਾਓ ਜਿਨ੍ਹਾਂ ਨਾਗਰਿਕਾਂ ਨੇ ਇਹਨਾਂ ਨੂੰ ਜਤਾਇਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਿਜੀ ਰੂਪ ਚ ਵੇਖੋ ਤੇ ਉਹ ਸਮੱਸਿਆਵਾਂ ਦੂਰ ਕੀਤੀਆਂ ਜਾਣ ਹਰ ਦਫ਼ਤਰ ਚ ਜਾਇਆ ਜਾਵੇ ਹਰ ਅਫਸਰ ਨੂੰ ਮਿਲਿਆ ਜਾਇਆ ਹਰ ਪ੍ਰਕਾਰ ਦੀ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਲੋਕਾਂ ਨੂੰ ਲੱਗੇ ਵੀ ਵਕਈ ਮੈਨੂੰ ਦਫ਼ਤਰ ਦੇ ਚ ਖੜਕੇ ਨਾ ਬਿਨਾਂ ਗੱਲ ਤੋਂ ਸਾਹਮਣੇ 3 ਘੰਟੇ ਬਾਹਰ ਨਹੀਂ ਖੜਾਇਆ ਨਹੀਂ ਤਾਂ ਬਿਊਰੋਕ੍ਰੇਸੀ ਬਾਹਰ ਖੜਾਉਂਦੀ ਹੈ ਨਾ ਤੁਸੀਂ ਕਿਤੇ ਭੱਜ ਜਾਓ ਕਿਸੇ ਦਫ਼ਤਰ ਚ ਭੱਜ ਜਾਓ ਬੰਦਾ ਬਾਹਰ ਖੜਾ ਦੇਖੀ ਜਾਂਦਾ ਵੀ ਮੈਨੂੰ ਸੱਦੂਆ ਕੋਈ ਤੇ ਚੌਥੇ ਦਰਜੇ ਦਾ ਮੁਲਾਜ਼ਮ ਇਹ ਕਹੀ ਜਾਂਦਾ ਵੀ ਸਾਹਬ ਕੰਮ ਕਰ ਰਿਹਾ ਸਾਹ ਪਾਵੇਂ ਨਾ ਹੋਵੇ 11 ਵਜੇ ਸਾਹ ਆਉਂਦਾ ਹੈ 2 ਵਜੇ ਬਾਅਦਸ ਬਗ ਜਾਂਦਾ ਹੈ ਮੁੜ ਕੇ ਦਫਤਰ ਚ ਨਹੀਂ ਆਉਂਦਾ ਜਿਹੜਾ ਵੀ ਸਾਹ ਹੈ ਹੁਣ ਬਕਾਇਦਾ 9 ਵਜੇ ਆਉਣ 4 ਵਜੇ ਜਾਂ 5 ਵਜੇ ਜੋ ਸਰਕਾਰ ਦਾ ਟਾਈਮ ਹੈ ਉੱਥੇ ਤੱਕ ਰਹਿਣ ਔਰ ਕੰਮ ਕਰਨ ਜੇ ਕੰਮ ਕਰ ਲੋ ਲੋਕਾਂ ਨੂੰ ਕੀ ਸਮੱਸਿਆ ਹੈ ਕੰਮ ਸਰਕਾਰ ਕਰਵਾ ਸਕਦੀ ਹੈ ਮੈਨੂੰ ਲੱਗਦਾ ਵੀ ਇਹ ਕਰਵਾ ਲੈਣਗੇ ਸਾਨੂੰ ਪੂਰਾ ਸਟਾ ਕਰਨਾ ਪਊ ਜੇ ਆਪਾਂ ਭਰੋਸਾ ਵੀ ਨਾ ਕਰੀਏ ਸ਼ੰਕਾ ਹੀ ਕਰੀਏ ਤਾਂ ਫਿਰ ਉਹ ਗੱਲ ਠੀਕ ਨਹੀਂ ਹੁੰਦੀ ਹਾਂ ਮੇਰਾ ਇੱਕ ਕੀਲਾ ਸਵਾਲ ਹੈ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਹੁਣ ਇਸ ਵੇਲੇ ਹੈਗੇ ਨੇ ਚਾਹੇ ਆਪਾਂ ਗੱਲ ਕੀਤੀ ਜਾਵੇ ਮੈਡੀਕਲ ਫੈਸਿਲਿਟੀਆਂ ਦੀ ਗੱਲ ਕੀਤੀ ਜਾਵੇ ਐਜੂਕੇਸ਼ਨਲ ਸਿਸਟਮ ਦੀ ਗੱਲ ਕੀਤੀ ਜਾਵੇ ਜਾਂ ਹੋਰ ਕਈ ਅਜਿਹੇ ਸਿਸਟਮਸ ਨੇ ਜਿਹੜੇ ਆਪਣੇ ਹੈਗੇ ਨੇ ਪੂਰੇ ਸਿਸਟਮ ਦੇ ਵਿੱਚ ਕਿ ਉਹਨਾਂ ਦੇ ਵਿੱਚ ਬਦਲਾਅ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇਹੋ ਜਿਹਾ ਲਿਆਂਦਾ ਜਾਊਗਾ ਕਿਉਂਕਿ ਜਦੋਂ ਦਿੱਲੀ ਵਿੱਚ ਸ਼ੁਰੂਆਤ ਹੋਈ ਸੀ ਆਮ ਆਦਮੀ ਪਾਰਟੀ ਤਾਂ ਪੈਰ ਟਿਕਣ ਨਹੀਂ ਦਿੱਤੇ ਸੀਗੇ ਉਸ ਜਗ੍ਹਾ ਦੇ ਉੱਤੇ ਤਾਂ ਕੇਜਰੀਵਾਲ ਜਿਹੜੇ ਸੀਗੇ ਆਪਣਾ ਅਸਤੀਫਾ ਦੇ ਚੁੱਕੇ ਸੀਗੇ ਉਸ ਪਦ ਤੇ ਉਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਟ ਪੰਜਾਬ ਦੀ ਜਿਹੜੀ ਹੁਣ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦਾ ਫਰਕ ਹੈ ਦਿੱਲੀ ਦੀ ਸਰਕਾਰ ਦੇ ਵਿੱਚ ਰਾਹ ਦੇ ਵਿੱਚ ਕਰੋੜਾ ਹੈ ਐਲਜੀ ਸਾਹਿਬ ਬਾਦ ਜਿਹੜੇ ਵਾਅਦੇ ਨੇ ਉਹਨਾਂ ਦੀ ਚੁਣੀ ਹੋਈ ਸਰਕਾਰ ਨਾਲ ਮਾਨਸਿਕਤਾ ਦੀ ਸਾਂਝ ਨਹੀਂ ਹੈ ਇੱਥੇ ਤੇ ਚੁਣੀ ਹੋਈ ਸਰਕਾਰ ਹੈ ਤੇ ਉਹੀ ਸਰਮੌਰ ਹੈ ਉਹਦੀਆਂ ਨੀਤੀਆਂ ਨੇ ਤੇ ਆਪਣੇ ਅਨਸਾਰ ਹੀ ਬਜਟ ਪੇਸ਼ ਕਰਨਾ ਹੈ ਆਪਣੇ ਅਨਸਾਰ ਹੀ ਉਹਦੇ ਰਿਸੋਰਸ ਚ ਨੂੰ ਪੈਦਾ ਕਰਨਾ ਤੇ ਆਪਣੇ ਅਨਸਾਰ ਹੀ ਉਹਨਾਂ ਦਾ ਖਰਚ ਕਰਨਾ ਹੈ ਇਸ ਕਰਕੇ ਸਰਕਾਰ ਚੱਲ ਸਕਦੀ ਆ ਤੇ ਹੋਰ ਵਧੀਆ ਚੱਲ ਸਕਦੀ ਆ ਇਸੀ ਕੋਈ ਗੱਲ ਨਹੀਂ ਇਹਦੇ ਚਿੰਤਾ ਕਰਨੀ ਸ਼ੰਕਾ ਕਰਨੀ ਮੈਨੂੰ ਨਹੀਂ ਲੱਗਦਾ ਵੀ ਠੀਕ ਹੈ ਬਾਕੀ ਜਿਹੜਾ ਤੁਸੀਂ ਕਿਹਾ ਵੀ ਸਿੱਖਿਆ ਹੈ ਸਿਹਤ ਹੈ ਵੀ ਇਹ ਕੀ ਕਰ ਦੇਣਗੇ ਗੱਲ ਇੱਕ ਬਜਟ ਹੀ ਦੇਣਾ ਮੰਨ ਲਓ ਤੁਸੀਂ 20% ਹੁਣ ਬਜਟ ਤੇ 6% ਹੈ ਜੇ ਇਹਨਾਂ ਦੋਨਾਂ ਨੂੰ ਤੁਸੀਂ 20 25 ਜਾਂ 24 ਦਿੱਤਾ ਕਮਸ਼ਪ ਚੱਲ ਪੂਆ ਡਾਕਟਰ ਭਰਤੀ ਕੀਤੇ ਜਾ ਸਕਣਗੇ ਪ੍ਰੋਫੈਸਰ ਭਰਤੀ ਕੀਤੇ ਜਾ ਸਕਣਗੇ ਮਾਸਟਰ ਭਰਤੀ ਕੀਤੇ ਜਾ ਸਕਣਗੇ ਇਹਨਾਂ ਦਾ ਦਰਜਾ ਉੱਚਾ ਕਰ ਦਿੱਤਾ ਜਾਊਗਾ ਸਟੈਂਡਰਡ ਉੱਚਾ ਕਰ ਦਿੱਤਾ ਜਾਊਗਾ ਤੇ ਲੋਕੀ ਖੁਸ਼ ਹੋ ਕੇ ਪੜਨਗੇ ਤੇ ਇਹ ਕੰਮ ਕਰਨਾ ਕੋਈ ਔਖਾ ਨਹੀਂ ਸਿਰਫ ਨੀਤ ਦੀ ਲੋੜ ਹੈ ਤੇ ਮੈਨੂੰ ਲੱਗਦਾ ਹੈ ਵੀ ਇਹ ਬੰਦਾ ਕਰ ਸਕਦਾ ਘੱਟੋ ਘੱਟ ਦੂਜਿਆਂ ਨਾਲੋਂ ਵੱਧ ਦੇ ਬੌਧਕ ਤੌਰ ਤੇ ਇਨਲਾਈਟਡ ਬੰਦਾ ਹੈ ਚੇਤਨ ਹੈ ਇਹ ਭਕੇ ਪੰਜਾਬ ਦੇ ਸਾਰੇ ਰਾਜਨੀਤੀਵਾਨਾਂ ਨਾਲੋਂ ਵੱਧਕ ਤੌਰ ਤੇ ਚੇਤਨ ਹੈ ਭਾਵੇਂ ਇਹਨੂੰ ਤੁਸੀਂ ਜਿੰਨਾ ਮਰਜ਼ੀ ਕਮੀਡੀਅਨ ਕਹੋ ਲੋਕ ਐਡੀ ਟੈਨਸ਼ਨ ਪਰ ਹੀ ਜ਼ਿੰਦਗੀ ਵਿੱਚ ਬੁੱਲਾ ਤੇ ਹਾਸਾ ਲਿਆਉਣਾ ਬਹੁਤ ਔਖਾ ਹੈ ਇਹ ਲੈ ਆਉਂਦਾ ਹੈ ਇਹ ਤਾਂ ਮੰਨੋਗੇ ਨਾ ਹਾਂ ਤੇ ਫਿਰ ਪਿਛਲੇ ਬਤੌਰ ਪ੍ਰਧਾਨ ਆਪਣੇ ਆਪ ਐਮਪੀ ਦੇ ਜਿਹੜਾ ਰਿਕਾਰਡ ਹੈ ਉਹ ਵੀ ਦੱਸਦਾ ਹੈ ਵੀ ਪਾਰਲੀਮੈਂਟ ਦੇ ਵਿੱਚ ਜਿਹੜੇ ਪਹਿਲੇ 10 ਬੰਦੇ ਸਭ ਤੋਂ ਵੱਧ ਬੋਲੇ ਆ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜਿਹੜੇ ਸਭ ਤੋਂ ਵੱਧ ਪਹਿਲੇ 10 ਬੰਦੇ ਬੋਲੇ ਆ ਉਹਦੇ ਵਿੱਚ ਇਹਦਾ ਨਾਂ ਪਉਂਦਾ ਹੈ ਇਹਨਾਂ ਨੂੰ ਬੋਲਣਾ ਵੀ ਆਉਂਦਾ ਗੱਲ ਮਸਲੇ ਵੀ ਠਾਉਣੇ ਆਉਂਦੇ ਆ ਤੇ ਪੰਜਾਬ ਤਾਂ ਇੱਕ ਨਿੱਕਾ ਜਿਹਾ ਇਦੀ ਦਾ ਸ਼ੋਰ ਵਾ ਉੱਥੇ ਕੰਮ ਕਰਨਾ ਕੀ ਔਖਾ ਹੈ ਹਾਂ ਇਸ ਕਰਕੇ ਸਾਨੂੰ ਆਸਬੰਦ ਹੋਣਾ ਚਾਹੀਦਾ ਤੇ ਲੋਕਾਂ ਦਾ ਜਿਹੜਾ ਫੈਸਲਾ ਉਹਦਾ ਸਾਨੂੰ ਸਤਕਾਰ ਕਰਨਾ ਚਾਹੀਦਾ ਬਿਨਾਂ ਗੱਲ ਤੋਂ ਲੋਕਾਂ ਦੇ ਫੈਸਲੇ ਤੇ ਕਿੰਤੂ ਪਰੰਤੂ ਵੀ ਨਹੀਂ ਕਰਨਾ ਚਾਹੀਦਾ ਸੌਦੇਰੀ ਅਪਡੇਟ ਸੀ ਜੋੜ ਰੋਲ ਦਾ ਟਾਈਮਸ ਨਾਲ ਕੈਮਰਾਮੈਨਸ ਤੋਂ ਮਠਾੜੋ ਦੇ ਨਾਲ ਕੁਦੀਪ ਸਿੰਘ ਲੰਮੀ ਲੁਧਿਆਣਾ